ਆਪਸ ਵਿੱਚ ਜਨਾਬ ਪਰ ਲੜਦਾ ਰਿਹਾ ਵਿਧਾਨ ਸਭਾ ਚ ਲੜਦਾ ਰਿਹਾ ਚਿੱਕਾ ਮਾਰਦਾ ਰਿਹਾ ਪਰ ਚਾਰਾ ਕੋਈ ਨਹੀਂ ਸੀ ਪਾਰਟੀ ਛੱਡ ਨਹੀਂ ਸਕਦੇ ਸੀ ਲਾ ਇਹਨੂੰ ਸਕਦੇ ਨਹੀਂ ਸੀ ਤੇ ਜਦੋਂ ਅੱਖਾਂ ਖੁੱਲੀਆਂ ਉਦੋਂ ਕਾਫੀ ਨੁਕਸਾਨ ਹੋ ਚੁੱਕਿਆ ਸੀ ਲੇਕਿਨ ਪ੍ਰਮਾਤਮਾ ਨੇ ਫਿਰ ਵੀ ਸੁਣੀ ਕਿ ਚੰਗਾ ਮੁੱਖ ਮੰਤਰੀ ਪੰਜਾਬ ਬਣਾਤਾ ਤੇ ਚੰਗੀ ਕੈਬਨਿਟ ਬਣਾਤੀ ਜਿਨ੍ਹਾਂ ਨੇ 2.5 ਮਹੀਨਿਆਂ ਦੇ ਵਿੱਚ ਕਾਫੀ ਕੁਝ ਕਰਨ ਦਾ ਉਪਰਾਲਾ ਕੀਤਾ ਕਾਫੀ ਕੁਝ ਕਰਨ ਦਾ ਉਪਰਾਲਾ ਕੀਤਾ ਸਾਥੀਓ ਮਾਫੀ ਚਾਹੁੰਦੀ ਹਾਂ ਸਮਾਂ ਜ਼ਿਆਦਾ ਹੋ ਗਿਆ 2:30 3 ਵਜੇ ਕੈਬਨਿਟ ਹੈ ਮੈਂ ਉੱਥੇ ਵੀ ਜਾਣਾ ਮੇਰਾ ਜੀ ਤਾਂ ਕਰਦਾ ਭਾਵੇਂ ਘੰਟਾ ਹੋਰ ਬੋਲੀ ਜਾਓ ਕਿਉਂਕਿ ਮੈਨੂੰ ਸਵਾਦ ਆਉਂਦਾ ਹੈ ਮੈਂ ਪੈਸ਼ਨ ਨਾਲ ਕੰਮ ਕਰਨਾ ਸ਼ੌਂਕ ਨਾਲ ਕੰਮ ਕਰਨਾ ਮੈਂ ਟਾਈਮ ਪਾਸ ਨਹੀਂ ਕਰਦਾ ਕਿਸੇ ਕਿਸੇ ਪਰ ਇੱਕ ਮੇਰੀ ਬੇਨਤੀ ਹੈ ਇੱਕ ਵਾਰੀ ਹੋਰ ਮੇਰੀ ਮਿੰਨਤ ਹੈ ਉਸ ਤੋਂ ਬਾਅਦ ਕਦੇ ਸਾਨੂੰ ਭਾਵੇਂ ਵੋਟ ਨਾ ਪਾਇਓ ਕਾਂਗਰਸ ਕਦੇ ਮਦਨ ਸਿੰਘ ਜੀ ਮਦਨ ਜਲਾਲ ਪਰ ਨੂੰ ਭਾਵੇਂ ਨਾ ਵੋਟ ਪਾਇਓ ਇਸ ਤੋਂ ਬਾਅਦ ਲੇਕਿਨ ਇੱਕ ਵਾਰੀ ਸਾਨੂੰ ਮੌਕਾ ਦੁਬਾਰੇ ਦੇ ਦਿਓ ਅਸੀਂ ਪੰਜਾਬ ਨੂੰ ਦੁਬਾਰੇ ਮੁੜ ਤਰੱਕੀ ਦੀਆਂ ਨੀਹਾਂ ਤੇ ਲੈ ਕੇ ਆਉਣਾ ਬਿਲਕੁਲ ਕਦੇ ਵੋਟ ਕਦੇ ਵੋਟ ਨਾ ਪਾਇਓ ਇੱਕ ਵਾਰੀ ਤੁਹਾਨੂੰ ਵਿਖਾਉਣਾ ਹੈ ਕਿ ਪੰਜਾਬ ਸਰਕਾਰ ਕੀ ਕਰ ਸਕਦੀ ਹੈ ਕਿਹੜੇ ਇਨਕਲਾਬ ਖੜੇ ਕਰ ਸਕਦੀ ਹੈ ਮੰਤਰੀ ਕੀ ਕਰ ਸਕਦਾ ਹੈ ਇਹ ਤੁਹਾਨੂੰ ਵਿਖਾਉਣਾ ਚਾਹੁੰਦਾ ਤੇ ਜੇ ਇਹ ਤੂੰ ਪਹਿਲਾਂ ਦੀਆਂ ਸਾਰੀਆਂ ਸਰਕਾਰਾਂ ਨਾਲ ਭੁਲਾ ਦਈਏ ਲੋਕ ਕਹਿਣ ਕਮਾਲਾਂ ਕਰਦੀਆਂ ਤਾਂ ਫਿਰ ਕਦੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਦਾ ਬੂਟਾ ਹਰਾ ਨਾ ਕਰ ਪਰ ਇੱਕ ਵਾਰੀ ਆਮ ਬੰਦਾ ਮੁੱਖ ਮੰਤਰੀ ਬਣਿਆ ਹੈ ਤੇ ਸਾਡੇ ਅੱਗੇ ਲੋਕ ਕੈਬਨਿਟ ਦੇ ਵਿੱਚ ਸ਼ਾਮਿਲ ਨੇ ਅਸੀਂ ਤੁਹਾਡੇ ਨਾਲ ਇਨਸਾਫ਼ ਕਰਾਂਗੇ ਨਹੀਂ ਉਹਦੇ ਤੋਂ ਅਸੀਫਾ ਦੇ ਤੋ ਧਿਆਨ ਰੱਖਿਓ 2022 ਦੇ ਵਿੱਚ ਦੁਬਾਰਾ ਫਿਰ ਭਾਵੇਂ ਮੁੰਡੇ ਨੂੰ ਬਣਾ ਦੇ ਤੇ ਭਾਵੇਂ ਪਿਓ ਨੂੰ ਬਣਾ ਦੇ ਜੋ ਇਹ ਫੈਸਲਾ ਇਹ ਮੈਨੂੰ ਪਤਾ ਨਹੀਂ ਕੀ ਹੈ ਘਰੇ ਵੀ ਰੌਲਾ ਪੈ ਜਾਂਦਾ ਕੀ ਹੈ ਨਹੀਂ ਹਰ ਪਿਓ ਇਹ ਖੁਸ਼ ਹੁੰਦਾ ਮੇਰਾ ਪੁੱਤ ਅੱਗੇ ਵਧੇ ਪਿਓ ਇੱਕ ਹੀ ਗੱਲ ਤੋਂ ਖੁਸ਼ ਹੁੰਦਾ ਕਿ ਲੋਕ ਇਹ ਕਹਿਣ ਕਿ ਯਾਰ ਮੈਂ ਚੋਲੀ ਦਾ ਬਾਪੂ ਹਾਂ ਇਹ ਗੱਲ ਤੋਂ ਪਿਓ ਖੁਸ਼ ਹੁੰਦਾ ਕੋਈ ਵੀ ਲੜੋ ਪਰ ਤਕੜੇ ਹੋ ਕੇ ਤੁਸੀਂ ਲੋਕਾਂ ਨੇ ਸਾਥ ਦੇਣਾ ਇਹ ਸਿੱਧੇ ਸਾਧੇ ਬੰਦੇ ਆ ਦੋਵੇਂ ਪਿਓ ਪੁੱਤ ਤੇ ਸਿੱਧੀ ਗੱਲ ਮਾਰਦੇ ਮੂੰਹ ਤੇ ਗੱਲ ਕਰਦੇ ਆ ਕਿਸੇ ਨੂੰ ਰਾਜੀ ਲੱਗੇ ਕਿਸੇ ਨੂੰ ਗਮੀ ਲੱਗੇ ਚੰਗੀ ਲੱਗੇ ਨਾ ਲੱਗੇ ਇਹ ਖਰੀ ਗੱਲ ਤੇ ਉਮੀਦ ਕਰਦਾ ਕਿ ਦੁਬਾਰਾ ਫਿਰ ਵਿਧਾਨ ਸਭਾ ਦੇ ਅੰਦਰ ਇਹ ਪ੍ਰਮਾਤਮਾ ਤੁਹਾਡਾ ਸਾਰਿਆਂ ਦਾ ਧੰਨਵਾਦ ਪਰ ਵੋਟਾਂ ਆਪ ਪਾਉਣੀਆਂ ਪ੍ਰਚਾਰ ਕਰੋ ਇਹ ਨਾ ਦੇਖੋ ਮਦਨ ਜਲਾਲਪੁਰ ਸਾਹਿਬ ਦੀ ਬਦਲੀ ਨਹੀਂ ਹੋਈ ਇਹ ਨਾ ਵੇਖੋ ਫਲਾਨੀ ਸੜਕ ਰਹਿ ਗਈ ਟੋਟਾ ਰਹਿ ਗਿਆ ਕਰ ਦਿਆਂਗੇ ਪੁੱਜੋ ਇਹ ਛੋਟੀਆਂ ਗੱਲਾਂ ਰਹਿ ਜਾਂਦੇ ਕੰਮ ਸਾਰੇ ਕੰਮ ਗੁਰੂ ਨਾਨਕ ਵੀ ਨਹੀਂ ਪੂਰੇ ਕਰਦਾ ਅਸੀਂ ਅਰਦਾਸ ਕਰਾਉਂਦੇ ਹਾਂ ਜਾ ਕੇ ਕਿ ਬਾਬਾ ਜੀ ਖੰਡ ਫੱਟ ਖਿਲਾਵਾਂਗੇ ਮੁੰਡਾ ਹੋ ਜੇ ਬਾਬਾ ਕਹਿੰਦਾ ਯਾਰ ਹੁਣੇ ਤਾਂ ਮੁੰਡੇ ਦਾ ਤੇਰੇ ਦਾ ਵਿਆਹ ਕੀਤਾ ਹੁਣ ਮੁੰਡਾ ਪਾ ਫਿਰ ਕਹਾਂ ਮੁੰਡੇ ਦਾ ਮੁੰਡਾ ਵੀ ਬਾਬੇ ਦੇ ਖੰਡ ਫੱਟ ਸਾਹਿਬ ਆਪਾਂ ਤਾਂ ਬਾਬੇ ਨੂੰ ਵੀ ਰਿਸ਼ਵਤ ਦੇ ਦਿੰਦੇ ਵੀ ਖੰਡ ਫੱਟ ਕਰਾਵਾਂਗੇ ਰਮਾਲਾ ਸਾਹਿਬ ਚੜਾਵਾਂਗੇ ਸੋ ਮੇਰੀ ਬੇਨਤੀ ਹੈ ਜੇ ਕੋਈ ਰਹਿ ਗਏ ਭੁੱਲ ਜਿਓ ਅਗਲੀ ਵਾਰੀ ਫੇਰ ਕਿਉਂਕਿ ਪੰਜਾਬ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਕੇਵਲ ਕੰਮਾਂ ਕਰ ਹੱਸੇ ਅਸੀਂ ਜਜ਼ਬਾਤੀ ਲੋਕ ਹੈ ਅਸੀਂ ਪੰਜਾਬ ਦੀਆਂ ਖਰ ਗਹਿਰਤ ਹੱਸੇ ਸੜਕ ਨਹੀਂ ਵੀ ਬਣੂਗੀ ਤਾਂ ਅਸੀਂ ਪੰਜਾਬੀ ਤਰੱਕੀ ਦੇ ਲਈ ਵੋਟਾਂ ਲੋਕਾਂ ਨੂੰ ਪਾਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਵੀ ਵਿਚਾਰੀਆਂ ਆਖੀਆਂ ਰੋਟੀ ਵੀ ਖਾਣੀ ਰਾਮ ਰਾਮ ਸੋ ਸਾਰਿਆਂ ਨੇ ਰਾਜ ਵੀ ਜਾਣਾ